सिर्फ मेरा ख्याल जे असीं गुरु साहिबां विचों कहीए ते सतगुरु प्रताप सिंह सच्चे पातशाह दा पहला आनंद सी जिहड़ा इस आनंद कारज दी रीति नाल होया। सो इह किड्डा वड्डा क्रांतिकारी कदम सी, अपना सारयां दा इह फर्ज बणदा कि सारयां नूं इह पता लगे। उस तों बाद होर बहुत वड्डा कम होया जदों सतगुरु जगजीत सिंह सच्चे पातशाह ने इत्थे उह शताब्दी मनाई। 1963 ਵਿੱਚ ਸੱਚ ਪਾਤਸ਼ਾਹ ਨੇ ਉਹ ਸ਼ਤਾਬਦੀ ਮਨਾਈ। ਤੁਸੀਂ ਸੋਚ ਸਕਦੇ ਹੋ ਕਿ ਉਦੋਂ ਨਾ ਤਾਂ ਇੱਥੇ ਕੋਈ ਵੱਖਰੇ ਪੀਣ ਦੇ ਪਾਣੀ ਦੇ ਪ੍ਰਬੰਧ ਸੀ, ਨਾ ਇੱਥੇ ਕੋਈ ਬਿਜਲੀ ਦਾ ਪ੍ਰਬੰਧ ਸੀ, ਘਰਾਂ ਵਿੱਚ ਰਹਿਣ ਦੀ ਤਾਂ ਗੱਲ ਹੀ ਬੜੀ ਦੂਰ ਸੀ, ਨਾ ਕੋਈ ਟਰਾਂਸਪੋਰਟ ਸੀ। ਉਹਨਾਂ ਦਿਨਾਂ ਵਿੱਚ 150 ਵਿਆਹ ਕਰਨਾ ਬਹੁਤ ਵੱਡੀ ਗੱਲ ਹੈ, ਔਰ ਉਹਨੂੰ ਕਿਸ ਤਰ੍ਹਾਂ ਸੰਪੰਨ ਕੀਤਾ ਹੋਵੇਗਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਕਰ ਸਕਦੇ ਨੇ। ਔਰ ਬੜੀ ਵੱਡੀ ਗੱਲ ਹੈ ਕਿ ਇੰਟਰਨੈਸ਼ਨਲ ਮੀਡੀਆ ਆਇਆ, BBC ਦੇ ਇੱਕ ਚੈਨਲ ਨੇ ਉਸ ਵਿਆਹਾਂ ਨੂੰ ਕਵਰ ਕੀਤਾ।